ਸਾਡੇ ਨਾਲ ਇਸ ਵੇਲੇ ਜੁੜੇ ਨੇ ਸਰਦਾਰ ਇੰਦਰਜੀਤ ਸਿੰਘ ਬਲ, ਜਾਣੇ ਮਾਣੇ ਕਮਿਊਨਿਟੀ ਲੀਡਰ ਨੇ। ਉਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਕੀ ਹਾਲਾਤ ਨੇ ਅਤੇ ਜਿਹੜੇ ਕੈਨੇਡਾ ਨੇ ਰਿਸਟ੍ਰਿਕਸ਼ਨਸ ਲਾਈਆਂ ਵਾ ਉਹਦਾ ਪੰਜਾਬ 'ਤੇ ਕੀ ਅਸਰ ਪਊਗਾ। ਬਲ ਸਾਹਿਬ, ਕੀ ਲੱਗਦਾ ਵਾ ਜੋ ਇਸ ਵੇਲੇ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਆ, ਇਹਦਾ ਪੰਜਾਬ 'ਤੇ ਕੀ ਅਸਰ ਪਊ? ਦੇਖੋ, ਪਹਿਲੀ ਗੱਲ ਤੇ ਸੰਧੂ ਸਾਹਿਬ, ਮੈਂ ਸਮਝਦਾ ਕਿ ਇਹ ਬੜੀਆਂ ਅਨਫੇਅਰਸ ਨੇ ਜਿਹੜੀਆਂ ਇਹਨਾਂ ਨੇ ਕੈਪਸ ਲਾਈਆਂ ਨੇ ਇਮੀਗ੍ਰੇਸ਼ਨ ਤੇ। ਇਹਨਾਂ ਨੇ ਰੀਸੈਂਟਲੀ ਜਿਹੜਾ 2-3 ਦਿਨ ਪਹਿਲਾਂ ਕਿਹਾ ਕਿ ਅਗਲੇ ਸਾਲ 10% ਕਟੌਤੀ ਉਹਨਾਂ ਦੇ ਵਰਕ ਪਰਮਿਟਸ ਹੋਏਗੀ। ਉਹ ਤੇ ਬਹੁਤ ਵੱਡਾ ਨੰਬਰ ਹੈ ਜੀ, ਉਹਦੇ ਵਿੱਚ ਬਹੁਤ ਲੋਕ ਸਫ਼ਰ ਕਰਨਗੇ। ਐਕਚੁਲੀ ਇਹ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਨੇ, ਇਹ ਉਹਨਾਂ ਨੂੰ ਇਹ ਗੱਲ ਕਹਿ ਕੇ ਜਾਂਦੇ ਗਏ ਸਰਕਾਰ ਵੱਲੋਂ ਜਾਂ ਇੱਥੇ ਦੀਆਂ ਜਿਹੜੇ ਵਿਦਿਅਕ ਅਦਾਰੇ ਸੀ, ਮੋਸਟਲੀ ਕਾਲਜਿਸ ਸੀਗੇ, ਪ੍ਰਾਈਵੇਟ ਕਾਲਜਿਸ ਜਿੱਥੋਂ ਮੈਸ ਕ੍ਰੀਏਟ ਹੋਈ ਆ, ਪੰਜਾਬ ਦੇ ਵਿੱਚ ਜਾ ਕੇ ਸੈਮੀਨਾਰ ਕੀਤੇ ਗਏ, ਪ੍ਰਚਾਰ ਕੀਤਾ ਗਿਆ ਕਿ ਤੁਸੀਂ ਉੱਥੇ ਆਓ ਤੇ 2 ਸਾਲ ਤੁਸੀਂ ਸਟੱਡੀ ਕਰੋ ਤੇ ਫਿਰ ਤੁਹਾਨੂੰ ਜਿਹੜਾ ਵਰਕ ਪਰਮਿਟ ਮਿਲ ਜਾਏਗਾ ਤੇ ਇਮੀਗ੍ਰੇਸ਼ਨ ਮਿਲ ਜਾਏਗਾ। ਦੈਟ ਵਾਸ ਦਾ ਕੋਰਸ ਓਵਰ ਦਾ ਈਅਰਸ, ਤੇ ਇਸੇ ਤਰ੍ਹਾਂ ਹੀ ਹੋ ਰਿਹਾ ਸੀ। ਹੁਣ ਜਦੋਂ ਬਹੁਤ ਸਾਰੇ ਨੰਬਰ ਦੇ ਵਿੱਚ ਵਾਧਾ ਹੋ ਗਿਆ ਤੇ ਇਹਨਾਂ ਤੇ ਪ੍ਰੈਸ਼ਰ ਬਿਲਡ ਹੋਇਆ ਕਿਉਂਕਿ ਇਲੈਕਸ਼ਨ ਜਿਹੜੀ ਆ ਉਹ ਜਲਦੀ ਆ ਜਾਏਗੀ। ਵੈਸੇ ਤੇ ਇਲੈਕਸ਼ਨ ਜਿਹੜੀ ਆ 2025 ਚ ਆ ਰਹੀ ਸੀ, ਤਨਯੋਰ ਪੂਰੀ ਹੋਣੀ, ਪਰ ਮਨੋਰਟੀ ਗਵਰਨਮੈਂਟ ਐਨੀ ਟਾਈਮ ਕੈਨ ਫਾਲ ਐਂਡ ਇਲੈਕਸ਼ਨ। ਉਹ ਜਿਹੜਾ ਪ੍ਰੈਸ਼ਰ ਹੈ ਨਾ ਜੀ, ਜਿਹੜਾ 69-70% ਜਿਹੜੀ ਪਾਪੂਲੇਸ਼ਨ ਹੈ ਸੋ ਕਾਲਡ ਵਾਈਟ ਕਮਿਊਨਿਟੀ ਦੀ ਆ ਅੱਜ ਵੀ ਇੱਥੇ ਕੈਨੇਡਾ ਦੇ ਵਿੱਚ, ਉਹ ਬੜਾ ਵੱਡਾ ਪ੍ਰੈਸ਼ਰ ਆ ਉਸ ਕਮਿਊਨਿਟੀ ਵੱਲੋਂ ਕਿ ਤੁਸੀਂ ਇਹ ਰੰਗਦਾਰ ਲੋਕਾਂ ਨੂੰ ਇੱਥੇ ਲਿਆ ਕੇ ਤੇ ਸਾਡੀਆਂ ਜੋਬਸ ਵੀ ਲਿਆ ਰਹੇ ਹੋ ਤੇ ਇਹਨਾਂ ਦੀ ਜਿਹੜੀ ਪਾਪੂਲੇਸ਼ਨ 'ਚ ਵਾਧਾ ਹੋ ਰਿਹਾ। ਸੋ ਅਨਫੋਰਚੁਨੇਟਲੀ ਇਹ ਜਿਹੜੇ ਬੱਚੇ ਨੇ ਜੀ, ਇਹ ਪੋਲੀਟੀਕਲ ਫੁੱਟਬਾਲ ਬਣ ਗਏ ਨੇ, ਉਸ ਮੈਸ ਦੇ ਵਿੱਚ ਆ ਗਏ ਨੇ। ਇਹਨਾਂ ਦਾ ਕਸੂਰ ਨਹੀਂ ਹੈ, ਇਹਨਾਂ ਦੇ ਹੋਰ ਬਹੁਤ ਸਾਰੇ ਕਸੂਰ ਨੇ, ਉਹ ਡਿਫਰੈਂਟ ਵਿਸ਼ਾ ਹੈ, ਆਪਾਂ ਕਦੇ ਗੱਲ ਕਰ ਸਕਾਂਗੇ। ਪਰ ਇਹ ਇਸ ਉਮਰ ਦੇ ਵਿੱਚ ਜਿਹੜੀ ਬੜੀ ਟੈਂਡਰ ਜੀ ਇਹਨਾਂ ਦੀ ਉਮਰ ਹੈ, ਇਹਨਾਂ ਦੀ ਉਮਰ 20-22 ਸਾਲ ਦੇ ਕਰੀਬ ਹੈਗੇ ਨੇ, ਔਰ ਇਮੋਸ਼ਨਲ ਰੈਕ ਨੇ ਇਹ, ਤੇ ਬਹੁਤ ਸਾਰੀਆਂ ਪ੍ਰੋਬਲਮਸ ਇਹਨਾਂ ਦੀ ਲਾਈਫ ਦੇ ਵਿੱਚ ਆ ਰਹੀਆਂ ਨੇ ਤੇ ਅੰਤ ਜਿਹੜਾ ਨਾ ਕਈ ਵਾਰੀ ਜੀਵਨ ਦਾ ਵੀ ਅੰਤ ਕਰ ਲੈਂਦੇ ਨੇ। ਬਲ ਸਾਹਿਬ ਜਿਹੜਾ ਤੁਸੀਂ ਕਿਹਾ ਵਾ ਕਿ ਇਹ ਬੜੇ ਅਨਫੇਅਰ ਰਿਸਟ੍ਰਿਕਸ਼ਨਸ ਲਾਈਆਂ ਗਈਆਂ, ਜਿਹੜਾ ਕੈਪ ਲਾਇਆ ਗਿਆ ਵਾ, ਪਰ ਇੱਥੇ ਜੇ ਜੋਬਸ ਹੀ ਹੈ ਨਹੀਂ ਤੇ ਫਿਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਾਡੀ ਇਹ ਮਜਬੂਰੀ ਬਣ ਗਈ ਹੈ। ਮਜਬੂਰੀ ਉਹਨਾਂ ਦੀ ਇਹੀ ਬਣੀ ਹੈ ਜੀ, ਇਲੈਕਸ਼ਨ ਆਉਣ ਵਾਲੀ ਆ, ਪ੍ਰੈਸ਼ਰ ਆ, ਉਹ ਜਿਹੜੀਆਂ ਦੂਸਰੀ ਪਾਰਟੀ ਇਸ ਵੇਲੇ ਆਪੋਜੀਸ਼ਨ ਦੇ ਵਿੱਚ ਜਿਹੜੇ ਸਟੈਟਸ ਸਰਵੇ ਦੱਸ ਰਹੇ ਨੇ, ਉਹਨਾਂ ਦੀ ਪਾਪੂਲੈਰਿਟੀ 43% ਆ ਤੇ ਰੂਲਿੰਗ ਪਾਰਟੀ ਦੀ ਇਸ ਵੇਲੇ 18% ਆ ਜੀ। ਹਾਂਜੀ, ਤੇ ਉਹ ਉਹਨਾਂ ਦੇ ਪ੍ਰੈਸ਼ਰ ਆ ਜੀ ਉਸ ਕਮਿਊਨਿਟੀ ਦਾ, ਜਿਹਨਾਂ ਦੀ ਆਬਾਦੀ 70% ਹੈ, ਜਿਹਨਾਂ ਨੂੰ ਲੋਕਾਂ ਵੋਟਾਂ ਪਾਉਣੀਆਂ ਨੇ, ਤੇ ਰੂਲਿੰਗ ਪਾਰਟੀ ਨੇ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਘੁਆੜਾ ਆ, ਇਹ ਜਿਹੜੇ ਇਨੋਸੈਂਟ ਨੇ, ਇਹਨਾਂ ਨੂੰ ਸਕੇਪਗੋਟ ਬਣਾਇਆ ਜਾਵੇ, ਇਹਨਾਂ ਤੇ ਚਲਾਇਆ ਜਾਵੇ ਤਾਂ ਕਿ ਕੁਛ ਲੋਕਾਂ ਨੂੰ ਖੁਸ਼ ਕਰਕੇ ਕੁਛ ਵੋਟਾਂ ਲਈਆਂ ਜਾ ਸਕਣ। ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਆਪਣੇ, ਕਿਉਂਕਿ ਆਪਣੇ ਕਾਫੀ ਲੋਕ ਆਪਣੇ ਪੰਜਾਬੀ ਇੰਡੀਅਨ ਜਿਹੜੇ ਨੇ ਉਹ ਇਸ ਵੇਲੇ MPs ਨੇ, ਮੈਂਬਰ ਪਾਰਲੀਮੈਂਟ ਨੇ, ਔਰ ਸਿਆਸਤ ਦੇ ਵਿੱਚ ਨੇ, ਕੁਝ ਮੰਤਰੀ ਵੀ ਨੇ, ਤੇ ਉਹ ਸਰਕਾਰ ਦੇ ਉੱਤੇ ਦਬਾਅ ਨਹੀਂ ਪਾ ਸਕਦੇ ਕਿ ਇਹ ਜੋ ਕਰ ਰਹੇ ਜੇ ਨਾ ਕਰੋ, ਕਿਉਂਕਿ ਸਾਡੇ ਲੋਕਾਂ ਦੀ ਰੋਜ਼ੀ ਰੋਟੀ ਹਿੱਟ ਹੁੰਦੀ ਹੈ ਇਹਦੇ ਨਾਲ। ਮਾਫ਼ ਕਰਨਾ ਸੰਧੂ ਸਾਹਿਬ, ਮੇਰਾ ਆਪਣਾ ਬਹੁਤ ਪੋਲੀਟੀਕਲ ਤਜਰਬਾ ਹੈ ਇਸ ਮੁਲਕ ਦੇ ਵਿੱਚ, ਸਦੀ ਸਦੀ ਦਾ ਮੈਂ, ਤੇ ਇਹਨਾਂ ਨੂੰ ਇਹਨਾਂ ਵਿਚਾਰਿਆਂ ਦੀ ਉੱਥੇ ਕੋਈ ਵਕਤ ਨਹੀਂ ਹੈ, ਤੇ ਬੜਾ ਹਾਰਸ਼ ਜਿਹਾ ਮੈਂ ਕਈ ਵਾਰੀ ਲਫ਼ਜ਼ ਯੂਜ਼ ਕਰ ਜਾਂਦਾ ਇਹਨਾਂ ਦੀ ਖਾਤਰ, ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਇਹ ਡੇਲੀ ਵੇਜਿਸ ਤੇ ਨੇ ਇਹਨਾਂ ਦੀ, ਇਹ ਇਟਸ ਜਸਟ ਟੋਕਨਿਜ਼ਮ, ਸੋਰੀ ਟੂ ਸੇ ਦੈਟ, ਮੈਂ ਕੰਟਰੀ ਬਹੁਤ ਵਧੀਆ ਆ,
ਇਹਨਾਂ ਦੇ ਹੱਥ 'ਚ ਕੋਈ ਪਾਵਰ ਨਹੀਂ ਤੇ ਨਾ ਇਹ ਗੱਲ ਕਰ ਹੀ ਸਕਣਗੇ ਉੱਥੇ। ਇਹ ਇਹਨਾਂ 'ਚ ਕਿਸੇ 'ਚ ਇੰਨੀ ਜ਼ਰੂਰਤ ਨਹੀਂ ਹੈ ਕਿ ਉੱਥੇ ਜਾ ਕੇ। ਪਹਿਲੀ ਗੱਲ ਤੇ ਇਕੱਠੇ ਕਦੀ ਵੀ ਨਹੀਂ ਜੀ ਹੋਏ, ਅਸੀਂ ਇੱਥੇ ਵੀ ਬਾਈ ਬਾਈ ਚੌਵੀ ਚੌਵੀ ਬਣਾ ਕੇ ਦੇਖ ਲਿਆ ਤੇ ਹੁਣ ਤੇ ਇਹ ਤਿੰਨਾਂ ਪਾਰਟੀਆਂ ਦੇ ਵਿੱਚ ਇਹ ਡਿਵਾਈਡਿਡ ਨੇ। ਵੈਸੇ ਹੁਣ ਕੰਜ਼ਰਵੇਟਿਵ ਦੇ ਵਿੱਚ ਵੀ ਹੈਗੇ ਨੇ, ਲਿਬਰਲ ਤੇ ਐਨਡੀਪੀ ਦੇ ਵਿੱਚ ਵੀ ਨੇ। ਇਹ ਕਦੀ ਵੀ ਇਕੱਠੇ ਨਹੀਂ ਬਹਿੰਦੇ। ਜੇ ਇਕੱਠੇ ਉਹ ਸੇਮ ਸਿਚੁਏਸ਼ਨ ਹੈ ਜਿਵੇਂ ਤੁਸੀਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਬਾਰੇ ਕਈ ਵਾਰੀ ਗੱਲ ਕਰਦੇ ਹੋ ਕਿ ਦਿੱਲੀ ਜਾ ਕੇ ਇਕੱਠੇ ਹੋ ਕੇ ਗੱਲ ਨਹੀਂ ਕਰਦੇ। ਇਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਪਾਰਟੀ ਪੋਲਿਟਿਕਸ ਦੇ ਵਿੱਚ ਆ ਕੇ ਤੇ ਉਹ ਬੜਾ ਬੜਾ ਮਜ਼ਬੂਤ ਹੈ ਜੀ ਇੱਥੇ ਲੀਡਰ ਦਾ ਹੱਥ ਇਹਨਾਂ ਮੁਲਕਾਂ ਦੇ ਵਿੱਚ, ਉੱਥੇ ਵੀ ਆ ਇੱਥੇ ਵੀ ਆ। ਔਰ ਇਹ ਜ਼ਰੂਰਤ ਹੀ ਨਹੀਂ ਕਰਦੇ। ਇੱਥੇ ਲੋਕਾਂ 'ਚ ਜਾਂਦੇ ਨੇ, ਗੱਲਾਂ ਸੁਣਦੇ ਨੇ, ਮੀਟਿੰਗਸ ਵੀ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟ ਦੇ ਨਾਲ, ਤੇ ਮੈਂ ਪਰ ਸਮਝਦਾ ਵੀ ਇਟਸ ਆਲ ਲਿਪ ਸਰਵਿਸ ਹੈਗੀ ਆ, ਸੌਰੀ ਟੂ ਸੇ ਦੈਟ। ਸੋ ਤੁਹਾਨੂੰ ਲੱਗਦਾ ਬਲ ਸਾਹਿਬ ਕਿ ਅਗਲੇ ਦਿਨਾਂ 'ਚ ਅਗਲੇ ਸਾਲਾਂ ਦੇ ਵਿੱਚ ਇਮੀਡੀਏਟਲੀ ਤੇ ਹੁਣ ਸ਼ਾਇਦ ਕਿਸੇ ਵੇਲੇ ਵੀ ਇਲੈਕਸ਼ਨਸ ਹੋ ਸਕਦੀਆਂ ਇੱਥੇ, ਵੈਸੇ ਵੀ ਇਲੈਕਸ਼ਨਸ ਅਗਲੇ ਸਾਲ ਡਿਊ ਨੇ, ਤੁਹਾਨੂੰ ਲੱਗਦਾ ਵਾ ਕਿ ਹੋ ਸਕਦਾ ਸਾਲ ਦੋ ਸਾਲ ਬਾਅਦ ਹਾਲਾਤ ਬਿਹਤਰ ਹੋਣ, ਆਪਣੇ ਬੱਚੇ ਜਿਹੜੇ ਆਉਣਾ ਚਾਹੁੰਦੇ ਆ ਉਹ ਆ ਸਕਣਗੇ ਇੱਥੇ? ਸਰਦੂ ਸਾਹਿਬ ਦੇਖੋ, ਕਿਸੇ ਵੀ ਕੰਟਰੀ ਨੂੰ ਜਿਹੜਾ ਸਰਵਾਈਵ ਕਰਨ ਨੂੰ ਉਹਦੀ ਪਾਪੂਲੇਸ਼ਨ ਦੀ ਰਿਪਲੇਸਮੈਂਟ ਆ 2.1% ਹੋਣੀ ਚਾਹੀਦੀ ਹੈ ਜੀ। ਇਹਨਾਂ ਦੋ ਬੱਚੇ ਘੱਟੋ ਘੱਟ ਹੋਣੇ ਚਾਹੀਦੇ ਨੇ ਤੇ ਜਿਹੜਾ ਕੈਨੇਡੀਅਨ ਬਰਥ ਰੇਟ ਹੈ ਇਸ ਵੇਲੇ 1.3 ਹੈ ਜੀ, ਜੋ ਕਿ ਕੈਨੇਡੀਅਨ ਪਾਪੂਲੇਸ਼ਨ ਡਿਕਲਾਈਨਿੰਗ। ਜਿਹੜੀ ਵੱਡੇ ਟਰੂਡੋ ਸਾਹਿਬ ਨੇ ਪਾਲਿਸੀ ਬਣਾਈ ਸੀ ਨਾ 80s ਦੇ ਵਿੱਚ, ਉਦੋਂ ਇਹਨਾਂ ਨੇ ਕਿਹਾ ਸੀ ਕਿ ਟੋਟਲ ਕੈਨੇਡੀਅਨ ਪਾਪੂਲੇਸ਼ਨ ਦਾ 1% ਅਸੀਂ ਇਮੀਗ੍ਰੇਸ਼ਨ ਜਿਹੜੀ ਉਹ ਕਰਿਆ ਕਰਾਂਗੇ ਬਾਹਰਲੇ ਮੁਲਕਾਂ ਦੇ ਵਿੱਚੋਂ। ਫਿਰ ਇਹਦਾ ਗੁਜ਼ਾਰਾ ਨਹੀਂ ਸੀ ਹੋ ਰਿਹਾ। ਮੈਂ 90s ਦੇ ਵਿੱਚ ਮਲਟੀਕਲਚਰ ਚੇਅਰਮੈਨ ਸੀ ਲਿਬਰਲ ਪਾਰਟੀ ਆਫ ਕੈਨੇਡਾ ਦਾ, ਮੈਂ ਇਹਨਾਂ ਨੂੰ ਸੁਜੈਸਟ ਕੀਤਾ ਸੀ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਤੁਹਾਡੀ ਜਿਹੜੀ ਆ ਆਬਾਦੀ ਆ 100 ਮਿਲੀਅਨ ਹੋਣੀ ਚਾਹੀਦੀ ਆ, ਪਰ ਉਹ ਤੁਹਾਡੀ ਗੱਲ ਨੂੰ ਉੱਥੇ ਕੋਈ ਨਹੀਂ ਸੁਣਦਾ ਜੀ। ਦੇਖੋ ਉਸ ਗੱਲ ਨੂੰ ਹੁਣ 30-32 ਵਰੇ ਹੋ ਗਏ ਨੇ ਤੇ ਸਾਡੀ ਜਿਹੜੀ ਪਾਪੂਲੇਸ਼ਨ ਹੈ 41 ਮਿਲੀਅਨ ਪਿਛਲੇ ਮਹੀਨੇ ਹੋਈ ਆ, ਸਿਰਫ 41 ਮਿਲੀਅਨ। ਔਰ ਸਾਡਾ ਐਡਾ ਵੱਡਾ ਕੰਟਰੀ ਆ, ਵੀ ਨੀਡ ਮੋਰ ਮਾਈਗ੍ਰੇਸ਼ਨ ਹੇਅਰ। ਉਹ ਡੈਫੀਨੇਟਲੀ ਸਾਨੂੰ ਇੱਥੇ ਦਾ ਜਿਹੜੇ ਅਸੀਂ ਐਲਡਰਸ ਦੇ ਹਾਂ, ਸਾਡੀ ਪੈਨਸ਼ਨ ਬੈਨੀਫਿਟਸ ਓਲਡ ਏਜ ਸਰਵਾਈਵ ਕਰਨ ਨੂੰ ਸਾਨੂੰ ਦੇਣ ਵਾਸਤੇ ਇੱਥੇ ਯੰਗਸਟਰ ਦੀ ਲੋੜ ਹੋਏਗੀ ਜਿਹੜੇ ਕੰਮ ਕਰਨਗੇ ਤੇ ਜਿਹੜੇ ਕੰਟਰੀਬਿਊਟ ਕਰਨਗੇ ਟੁਵਰਡਸ ਅਵਰ ਪੈਨਸ਼ਨ। ਇਹ ਪਾਲਿਸੀ ਚੇਂਜ ਹੁੰਦੀਆਂ ਜੀ, ਜਦੋਂ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਲਿਬਰਲ ਸਰਕਾਰ ਆਉਂਦੀ ਹੈ ਤੇ ਪਾਲਿਸੀਜ਼ ਇਹਨਾਂ ਦੀਆਂ ਜਿਹੜੀਆਂ ਬੜੀਆਂ ਫੇਵਰਬਲ ਹੁੰਦੀਆਂ ਨੇ, ਪਰ ਵੈਨ ਦੇ ਕਮਸ ਟੂ ਦਾ ਪਾਵਰ ਇਹਨਾਂ ਦੀਆਂ ਪਾਲਿਸੀਜ਼ ਤਕਰੀਬਨ ਇੱਕੋ ਜਿਹੀਆਂ ਹੋ ਜਾਂਦੀਆਂ ਨੇ। ਇਹਨਾਂ ਦਾ ਗੁਜ਼ਾਰਾ ਹੀ ਨਹੀਂ ਹੋ ਸਕੇਗਾ। ਨਾਟ ਨੈਸੈਸਰਲੀ ਕਿ ਇੰਟਰਨੈਸ਼ਨਲ ਸਟੂਡੈਂਟਸ ਓਨਲੀ ਦੇ ਵਿਲ ਗੈਟ ਫਰੋਮ ਇੰਡੀਆ ਔਰ ਪੰਜਾਬ, ਪਰ ਦੂਜੇ ਮੁਲਕਾਂ ਚੋਂ ਵੀ ਬੇਸ਼ੱਕ ਲੈ ਲੈਣ, ਪਰ ਮਾਰਕੀਟ ਵੱਡੀ ਜਿਹੜੀ ਆ, ਇੰਨੇ ਪੈਸੇ ਕੌਣ ਖਰਚੇਗਾ? ਇੰਨੇ ਪੈਸੇ ਲਾ ਕੇ ਹੋਰ ਕਿਸੇ ਮੁਲਕ ਚੋਂ ਅਫੋਰਡੇਬਿਲਟੀ ਹੈ ਹੀ ਨਹੀਂ। ਇੱਕ ਬੱਚੇ ਨੂੰ ਤੁਸੀਂ ਦੇਖ ਲਓ 25-30 ਲੱਖ ਰੁਪਈਆ ਉੱਥੇ ਦੇ ਕੇ ਤੋਰਦੇ ਹੋ, ਉਹ ਜਵਾਨੀ ਵੀ ਲਿਆ ਰਿਹਾ ਆ ਤੇ ਪੈਸਾ ਵੀ ਲਿਆ ਰਿਹਾ। ਕੈਨੇਡਾ ਦੇ ਵਿੱਚ 18 ਸਾਲ ਦਾ ਬੱਚਾ ਹੋਣ ਤੱਕ ਗੌਰਮੈਂਟ ਦਾ, ਸੋਸਾਇਟੀ ਦਾ, ਪੇਰੈਂਟਸ ਦਾ $1 ਮਿਲੀਅਨ ਖਰਚ ਆਉਂਦਾ ਹੈ। ਤੇ ਉੱਥੋਂ ਪੜਿਆ ਪੜਾਇਆ ਬੱਚਾ 18-20 ਸਾਲ ਦਾ, ਜਿਹਦਾ ਮੈਡੀਕਲ ਕਰਵਾ ਕੇ, ਜਿਹਨੂੰ ਅੰਗਰੇਜ਼ੀ ਜਾਂ ਫਰੈਂਚ ਵੀ ਆਉਂਦੀ ਹੋਵੇ, ਤੇ ਇਸ ਮੁਲਕ ਨੂੰ ਦੇ ਦੇਣਾ, ਇਸ ਮੁਲਕ ਵਾਸਤੇ ਫਾਇਦਾ ਹੀ ਫਾਇਦਾ ਹੈ। ਤੇ ਇਟਸ ਅ ਬਿਗ ਲਾਸ ਟੂ ਪੰਜਾਬ ਔਰ ਇੰਡੀਆ। ਸੋ ਇਹਦਾ ਮਤਲਬ ਹੈ ਕਿ ਇਹ ਪਾਲਿਸੀ ਚੇਂਜ ਹੋਊਗੀ, ਲੋਕ ਆਉਣਗੇ, ਲੋਕ ਲਿਆਉਣੇ ਪੈਣੇ ਆ, ਸਿਰਫ ਇਹ ਦੇਖਣਾ ਇਹ ਹੋਊਗਾ ਕਿ ਕਿਹੋ ਜਿਹੇ ਲੋਕ ਲਿਆਈਏ, ਕਿੰਨੀ ਸਕਿੱਲ ਵਾਲੇ ਲੋਕ ਲਿਆਈਏ। ਮੈਂ ਸਮਝਦਾ ਕਿ ਮੇਰਾ ਇਹ ਸੁਜੈਸ਼ਨ ਹੈ ਕਿ ਮੈਂ ਬਹੁਤ ਸਾਰੇ ਸਾਲਾਂ ਤੋਂ ਇਹਨਾਂ ਦੀ ਫੇਵਰ ਦੇ ਵਿੱਚ ਗੱਲ ਕਰ ਰਹੇ ਹਾਂ। ਮੈਂ ਬੇਸ਼ੱਕ ਇਹਨਾਂ ਵਿੱਚ ਲੱਖ ਗਲਤੀਆਂ ਹੋਣ, ਪਰ ਮੈਂ ਆਪਣੇ ਲੋਕਾਂ ਨੂੰ ਕਹਿਣਾ ਹੈ ਕਿ
ਇਫ ਯੂ ਥਿੰਕ ਇਟਸ ਅ ਪ੍ਰੋਬਲਮ ਬਟ ਇਟਸ ਅ ਗੁੱਡ ਪ੍ਰੋਬਲਮ ਔਨ ਯੂਅਰ ਥ੍ਰੈਸ਼ਹੋਲਡ, ਇਹ ਚੰਗੀ ਪ੍ਰੋਬਲਮ ਹੈ, ਨਹੀਂ ਤੇ ਸਾਡਾ ਅਗਲੇ 10 ਸਾਲ ਦੇ ਵਿੱਚ ਸਾਡੀ ਜਨਰੇਸ਼ਨ, ਮੇਰੀ ਜਿਹੜੀ ਜਨਰੇਸ਼ਨ, ਦ ਆਊਟਗੋਇੰਗ ਜਨਰੇਸ਼ਨ, ਇਹ ਬੱਚੇ ਆਏ ਨੇ ਤੇ ਸਾਨੂੰ ਜਿਹੜੀ ਆ ਲਾਈਫ ਲਾਈਨ ਅੱਗੇ ਮਿਲੀ ਆ, ਇਹ ਕੰਟਰੀ ਦਾ ਗੁਜ਼ਾਰਾ ਹੋਣਾ ਹੀ ਨਹੀਂ ਜੀ ਇਮੀਗ੍ਰੇਸ਼ਨ ਤੋਂ ਬਗੈਰ, ਲੋਕ ਇੱਥੇ ਆਉਣਗੇ। ਪਰ ਮੈਂ ਇਹ ਸੁਜੈਸਟ ਕਰਦਾ ਕਿ ਬੱਚੇ ਜਿਹੜੇ ਬਜਾਏ ਇਸ ਦੇ ਕਿ 18-19 ਸਾਲ 'ਚ ਗ੍ਰੇਡ 12 ਕਰਕੇ ਆਉਣ, ਘੱਟੋ ਘੱਟ ਉੱਥੇ ਕੋਈ ਡਿਗਰੀ ਕਰਕੇ ਆਉਣ ਤੇ ਸਕਿੱਲ ਲੈ ਕੇ ਆਉਣ, ਨਾ ਕਿ ਉੱਥੇ BA MA ਦੀ ਕੋਈ ਵਕਤ ਨਹੀਂ। ਇੱਥੇ ਇੱਥੇ ਵੀ ਬੱਚੇ ਆ ਕੇ ਜਿਹੜੇ ਉਹਨਾਂ ਨੂੰ ਪੁੱਛੋ ਕੀ ਕਰਦੇ ਨੇ ਜੀ, ਅਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਹੈਗੇ ਹਾਂ, ਅਸੀਂ ਪ੍ਰੋਜੈਕਟ ਮੈਨੇਜਮੈਂਟ ਦਾ ਕਰ ਰਹੇ ਹਾਂ, ਉਹਦੀ ਕੋਈ ਵੈਲਿਊ ਨਹੀਂ। ਇਸ ਮੁਲਕ ਨੂੰ ਹਮੇਸ਼ਾ ਹੀ ਸਕਿੱਲ ਲੇਬਰਸ ਦੀ ਲੋੜ ਪੈਣੀ ਆ, ਉਹ ਪਲੰਬਰਸ ਹੋਣ, ਇਲੈਕਟ੍ਰੀਸ਼ੀਅਨਸ ਹੋਣ, ਜਾਂ ਬ੍ਰਿਕ ਲੇਅਰਸ ਹੋਣ, ਜਾਂ ਨਰਸਸ ਹੋਣ, ਜਾਂ ਹੈਲਥ ਕੇਅਰ ਵਰਕਰ ਵਗੈਰਾ ਜੀ, ਹੈਲਥ ਕੇਅਰ ਵਰਕਰ ਜਿਹੜੇ ਉੱਥੇ 3-4 ਸਾਲ ਦੀ ਡਿਗਰੀ 'ਚ ਤੁਹਾਡੀ ਵਧੀਆ ਸਕਿੱਲ ਬਣ ਜਾਂਦੀ ਹੈ ਜੀ, ਬਿਲਕੁਲ ਠੀਕ, ਇਹਨੂੰ ਹਮੇਸ਼ਾ ਲੋੜ ਆ। ਔਰ ਇੱਕ ਮਚਿਓਰਟੀ ਹੋ ਜਾਏਗੀ ਬੱਚਿਆਂ ਦੀ, 25 ਸਾਲ ਦੇ ਹੋ ਜਾਣਗੇ, ਦੂਜਾ ਆਉਂਦਿਆਂ ਨੂੰ ਉਹਨਾਂ ਦੀ ਜੋਬ ਓਪਰਚੁਨਿਟੀ ਵੀ ਕਾਫੀ ਹੋਏਗੀ। ਬਿਲਕੁਲ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਬਲ ਸਰ, ਥੈਂਕ ਯੂ, ਸਮਾਂ ਕੱਢਿਆ ਸਾਡੇ ਨਾਲ ਜੁੜੇ, ਮਿਹਰਬਾਨੀ।